ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਪਿਛਲੀ ਵੀਡੀਓ ਵਿੱਚ ਅਸੀਂ ਕਿਤੇ ਸੀ ਮੁਹਾਵਰੇ 1 ਤੋਂ ਲੈ ਕੇ 20 ਤੱਕ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ 21 ਤੋਂ ਲੈ ਕੇ 40 ਤੱਕ ਇਹ ਜਿਹੜੇ ਮੁਹਾਵਰੇ ਨੇ ਸਪੈਸ਼ਲੀ 10th ਕਲਾਸ ਦੇ ਜਿਹੜੇ ਬੋਰਡ ਦੇ ਐਗਜ਼ਾਮਸ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਇਹ ਵੀਡੀਓ ਨੂੰ ਬਣਾਇਆ ਗਿਆ ਹੈ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਹੈ ਤਾਂ ਜੋ ਤੁਸੀਂ ਪੇਪਰਾਂ ਦੇ ਵਿੱਚ ਅਗਰ ਤੁਹਾਨੂੰ ਕੋਈ ਮੁਹਾਵਰਾ ਆਂਦਾ ਹੈ ਤੇ ਤੁਸੀਂ ਆਰਾਮ ਨਾਲ ਉਹਦਾ ਜਵਾਬ ਜਾਂ ਤੁਸੀਂ ਉਹਨੂੰ ਲਿਖ ਸਕਦੇ ਹੋ ਪਹਿਲਾ ਹੈ ਆਹੂ ਲੋਣਾ ਜਿਸ ਦਾ ਅਰਥ ਹੈ ਬਹੁਤ ਦੁਸ਼ਮਣ ਮਾਰਨੇ ਵਾਕ ਸੈਪ ਜਤਾ ਅਜੀਤ ਸਿੰਘ ਨੇ ਚਮਕੌਰ ਦੀ ਲੜਾਈ ਵਿੱਚ ਦੁਸ਼ਮਨਾ ਦੇ ਆਹੂਲਾ ਸੁਟੇ ਦੂਸਰਾ ਹੈ ਆਂਧਰਾ ਠਾਰਨਾ ਜਿਸ ਦਾ ਅਰਥ ਹੈ ਖੁਸ਼ੀ ਤੇ ਸ਼ਾਂਤੀ ਮਿਲਣੀ ਇਸ ਦਾ ਵਾਕ ਬਨੇਗਾ ਜਿਹੜੇ ਵਿਦਿਆਰਥੀ ਮਿਹਨਤ ਨਾਲ ਪੜਾਈ ਕਰਦੇ ਹਨ ਉਹ ਨਾ ਕੇਵਲ ਆਪਣੇ ਅਧਿਆਪਕਾਂ ਨੂੰ ਚੰਗੇ ਲੱਗਦੇ ਹਨ ਸਗੋਂ ਆਪਣੇ ਮਾਪਿਆਂ ਦੀਆਂ ਆਂਦਰਾਂ ਵੀ ਠਾਲਦੇ ਹਨ ਨੈਕਸਟ ਹੈ ਆਪਣਾ ਉੱल्लू ਸਿੱਧਾ ਕਰਨਾ ਅਰਥ ਹੈ ਆਪਣਾ ਮਤਲਬ ਪੂਰਾ ਕਰਨਾ ਇਸ ਦਾ ਵਾਕ ਬਣੇਗਾ ਕਈ ਵਿਦਿਆਰਥੀ ਸੋਰੀ ਕੁਝ ਵਿਅਕਤੀ ਆਪਣਾ ਉੱल्लू ਸਿੱਧਾ ਕਰਨ ਲਈ ਦੂਜਿਆਂ ਨਾਲ ਦੋਸਤੀ ਦਾ ਦਿਖਾਵਾ ਵੀ ਕਰਦੇ ਹਨ ਚੌਥਾ ਹੈ ਮੁਹਾਵਰਾ ਅੱਖਾਂ ਵਿੱਚ ਲਹੂ ਉਤਰਨਾ ਜਿਸ ਦਾ ਅਰਥ ਹੈ ਬਹੁਤ ਗੁੱਸੇ ਵਿੱਚ ਆਉਣਾ ਇਸ ਦਾ ਆਵਾਦ ਬਨੇਗਾ ਜਲਿਆਂਵਾਲੇ ਬਾਗ ਦੀ ਕਟਨਾ ਵੇਖ ਕੇ ਸਰਦਾਰ ਉਧਮ ਸਿੰਘ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਤੇ ਉਹਨਾਂ ਨੇ ਬਦਲਾ ਲੈਣ ਦਾ ਨਿਸ਼ਚੈ ਕੀਤਾ ਪੰਜਵਾਂ ਨੰਬਰ ਹੈ ਅਗਨਾਲ ਖੇਡਣਾ ਜਿਸ ਦਾ ਅਰਥ ਹੈ ਖਤਰਾ ਮੂਲ ਲੈਣਾ ਫਿਰਕੋ ਪੁਨੇ ਨੂੰ ਸ਼ਹਿਦ ਦੇਣ ਵਾਲੀ ਸਰਕਾਰ ਅਗਨਾਲ ਖੇਡ ਰਹੀ ਹੈ ਨੈਕਸਟ ਹੈ ਸ਼ਿਮਾ ਅੱਖਾਂ ਫੇਰ ਲੈਣਾ ਜਿਸ ਦਾ ਅਰਥ ਹੈ ਮਿੱਤਰਤਾ ਛੱਡ ਦੇਣੀ ਇਸ ਦਾ ਵਾਕ ਹੈ ਮੁਸੀਬਤ ਵੇਲੇ ਸਕੇ ਸੋਧਰੇ ਵੀ ਅੱਖਾਂ ਫੇਰ ਲੈਂਦੇ ਹਨ ਜਾਂ ਸਕੇ ਸੰਬੰਧੀ ਵੀ ਲਿਖ ਸਕਦੇ ਹੋ ਨੈਕਸਟ ਅੱਡੀ ਨਾ ਲੱਗਣਾ ਜਿਸ ਦਾ ਅਰਥ ਦੋੜੇ ਭੱਜੇ ਫਿਰਨਾ ਇਸ ਦਾ ਵਾਕ ਹੈ ਅਮਰ ਦੇ ਵਿਆਹ ਵਿੱਚ ਉਸ ਦੇ ਮਾਤਾ ਜੀ ਦੀ ਅੱਡੀ ਨਹੀਂ ਲੱਗਦੀ ਸੀ ਨੈਕਸਟ ਆਏਗਾ ਅਲਖ ਮਕੋਣਾ ਜਿਸ ਦਾ ਅਰਥ ਹੈ ਜਾਨੋ ਮਾਰ ਦੇਣਾ ਇਸ ਦਾ ਵਾਕ ਬਣੇਗਾ ਪਾਰਤੀ ਸੈਨਿਕ ਇੰਨੀ ਬਹਾਦਰੀ ਨਾਲ ਲੜੇ ਕਿ ਉਹਨਾਂ ਨੇ ਵੈਰੀਆਂ ਦੀ ਅਲਕ ਮੁਕਾ ਦਿੱਤੀ ਨੈਕਸਟ ਹੈ ਅਨਿਆਇ ਮੌਤ ਮੰਣਾ ਜਿਸ ਦਾ ਅਰਥ ਹੈ ਕਿਸੇ ਹਾਦਸੇ ਵਿੱਚ ਬਰਨਾ ਵਾਕ ਬਨੇਗਾ ਦੁਰਘਟਨਾਵਾਂ ਵਿੱਚ ਕਈ ਲੋਕ ਅਨਿਆਇ ਮੌਤ ਮਰ ਜਾਂਦੇ ਹਨ ਨੈਕਸਟ ਹੈ ਅਲੂਨੀ ਸੇਲ ਟਟਣਾ ਜਿਸ ਦਾ ਅਰਥ ਹੈ ਬੇਸਵਾਦਾ ਕੰਮ ਕਰਨਾ ਇਸ ਦਾ ਵਾਕ ਬਨੇਗਾ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਤਾਂ ਨੂੰ ਇਮਤਿਹਾਨ ਦੀ ਅਲੂਨੀ ਸਿਲ ਚਟਨੀ ਹੀ ਪਵੇਗੀ ਨੈਕਸਟ ਅਕਲ ਤੇ ਪੱਥਰ ਪੈਣਾ ਜਿਸ ਦਾ ਅਰਥ ਹੈ ਅਕਲ ਮਰ ਜਾਨੀ ਇਸ ਨੂੰ ਵਰਤਾਂਗੇ ਵਾਕ ਚ ਜਿਆਦਾ ਬੁੱਢੇ ਹੋ ਜਾਣ ਕਰਕੇ ਉਸ ਦੀ ਅਕਲ ਤੇ ਪੱਥਰ ਪੈ ਗਏ ਜਾਪਦੇ ਹਨ ਕੋਈ ਸਿਆਣੀ ਗੱਲ ਕਰਦਾ ਹੀ ਨਹੀਂ ਨੈਕਸਟ ਹੈ ਆਵਾ ਉੱਤ ਜਾਣਾ ਜਿਸ ਦਾ ਅਰਥ ਹੈ ਸਾਰਾ ਟੱਬਰ ਹੀ ਪੈੜਾ ਨਿਕਲਣਾ ਇਸ ਦਾ ਵਾਕ ਬਨੇਗਾ ਇੱਕ पराਜੀਪ ਕਤਰਾ ਦੂਸਰਾ ਜਵਾਰੀ ਤੇ ਤਿੱਜਾ ਸ਼ਰਾਬੀ ਗੱਲ ਕੀ ਸਾਰਾ ਆਵਾ ਉਤ ਗਿਆ ਹੈ ਜਾਂ ਆਵਾ ਹੀ ਉੱਤਿਆ ਪਿਆ ਵੀ ਲਿਖ ਸਕਦੇ ਹੋ ਨੈਕਸਟ ਹੈ ਆਟੇ ਵਿੱਚ ਲੂਣ ਹੋਣਾ ਮਤਲਬ ਬਹੁਤ ਘੱਟ ਹੋਣਾ ਇਹਦਾ ਵਾਕ ਬਨੇਗਾ ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ ਨੈਕਸਟ ਹੈ ਅੱਖਾਂ ਫਿਰਨੀਆਂ ਇਹ ਅਰਥ ਹੈ ਹੰਕਾਰੇ ਜਾਣਾ ਵਾਕ ਬਨੇਗਾ ਧਵਿੰਦਰ ਜਦੋਂ ਦਾ ਅਮੀਰ ਹੋਇਆ ਹੈ ਉਸ ਦੀਆਂ ਅੱਖਾਂ ਹੀ ਫਿਰ ਗਈਆਂ ਹਨ नेक्स्ट आएगा ईद का चंद होना अर्थ है बहुत देर बाद मिलना यह वाक बनेगा ईद के चंद हो गए बड़े चिर बाद मिले हो नेक्स्ट आएगा इको तकड़ी दे वट्टे होना मतलब इको जहे होना इसका अर्थ है सॉरी इसका वाक है चोर बाजारीए भावें किसी देश जा प्रांत दे हो इक् तकड़ी दे वट्टे वटे हन ਨੈਕਸਟ ਆਏਗਾ ਇਟਨਾਲ ਇਟਵਜੋਣਾ ਮਤਲਬ ਤਬਾਹਾ ਕਰ ਦੇਣਾ ਇਸ ਦਾ ਵਾਕ ਬਨੇਗਾ ਬੰਦਾ ਪਹਾਦਰ ਨੇ ਸਰਹੰਦੇ ਦੀ ਇਟਨਾਲ ਇਟਵਜਾ ਦਿੱਤੀ ਨੈਕਸਟ ਹੈ ਇਟ ਕੁੱਤੇ ਦਾ ਵੈਰ ਹੋਣਾ ਮਤਲਬ ਸੁਭਾਵਿਕ ਵੈਰ ਹੋਣਾ ਇਸ ਦਾ ਵਾਕ ਹੈ ਚੀਂਤੇ ਰੂਜ਼ ਦਾ ਇਟਕੜੇ ਇਟਕੜੇ ਜਾਂ ਫਿਰ ਇਟ ਕੁੱਤੇ ਦਾ ਵੈਰ ਹੈ ਪਤਾ ਨਹੀਂ ਕਦੋਂ ਜੁੱਤ ਸ਼ੇਰ ਬੈਟਨ ਇਹਦਾ ਜਿਹੜਾ ਇਹ ਇਸ ਤਰ੍ਹਾਂ ਵੀ ਆ ਸਕਦਾ ਵਾ ਇਟ ਕੁੱਤੇ ਦਾ ਵੈਰ ਹੋਣਾ ਜਾਂ ਇਟ ਕੜੇ ਦਾ ਵੈਰ ਹੋਣਾ ਮਤਲਬ ਅਰਥ ਸੇਮੀਆਂ ਸੁਭਾਵਿਕ ਵੈਰ ਹੋਣਾ ਨੈਕਸਟ ਹੈ ਇੱਕ ਅੱਖ ਨਾ ਵੇਖਣਾ ਮਤਲਬ ਸਭ ਨੂੰ ਇੱਕੋ ਜਿਹਾ ਸਮਝਣਾ ਇਹਦੇ ਵਿੱਚ ਬਣਾਵਾਂਗੇ ਬਾਗ ਚੰਗਾ ਰਾਜਾ ਹਰ ਇੱਕ ਨੂੰ ਇੱਕ ਅੱਖ ਨਾਲ ਵੇਖਦਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀ ਠੀਕ ਹੈ ਨੈਕਸਟ ਆ ਗਿਆ ਇੱਕ ਦੀਆਂ ਚਾਰ ਸੁਣਾਉਣਾ ਅਰਥ ਹੈ ਕੋਈ ਇੱਕ ਗੱਲ ਕਹੇ ਤਾ ਉਸ ਨੂੰ ਕਈ ਸਾਰੀਆਂ ਕਹਿ ਦੇਣੀਆਂ ਵਾਕ ਬਨੇਗਾ ਮੇਰੀ ਨੂੰ ਦੇਖਣ ਨੂੰ ਤਾਂ ਪੋਲੀ ਪਾਲੀ ਹੈ ਪਰ ਜੇ ਮਾੜੀ ਜਹੀ ਗੱਲ ਕਹਿ ਦਵੋ ਤਾਂ ਇੱਕ ਦੀਆਂ ਚਾਰ ਸੁਣਾਉਂਦੀ ਹੈ ਇਹ ਸੀ ਸਾਡੇ ਮੁਹਾਵਰੇ 21 ਤੋਂ ਲੈ ਕੇ 40 ਤੱਕ ਅਗਲੇ ਵੀਡੀਓ ਦੇ ਵਿੱਚ ਅਸੀਂ ਕਰਾਂਗੇ 41 ਤੋਂ ਲੈ ਕੇ 60 ਤੱਕ ਆਸ ਕਰਦੀ ਹਾਂ ਕਿ ਤੁਸੀ ਇਸ ਵੀਡੀਓ ਤੋਂ ਜ਼ਰੂਰ ਕੁਝ ਸਿੱਖਿਆ ਹੋਏਗਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਹੋਰ ਵੀਡੀਓਜ਼ ਦੇਖਣ ਦੇ ਲਈ ચેનલનું સબસ્ક્રાઈબ કર્યો